ਅਸੀਂ ਸੰਸਾਰ ਦੀ ਜਿਹੜੀ ਸਾਡੀ ਮੋਹ ਦੀ ਪਕੜ ਹੈ, ਲੋਭ ਦੀ ਪਕੜ ਹੈ, ਇਹਨੂੰ ਛੱਡਣ 'ਚ ਅਸਫਲ ਹੋ ਜਾਂਦੇ। ਜਦੋਂ ਲੋਭ, ਮੋਹ, ਅਹੰਕਾਰ, ਕਾਮ, ਕ੍ਰੋਧ, ਤ੍ਰਿਸ਼ਨਾ, ਈਰਖਾ ਇਤਿਆਦਿਕ ਇਹ ਜਿਹੜੇ ਔਗਣ ਨੇ, ਜਦੋਂ ਤੱਕ ਇਹਨਾਂ ਦੀ ਪਕੜ ਛੱਡੀ ਨਹੀਂ ਜਾਂਦੀ, ਯਤਨ ਤਾਂ ਬਥੇਰੇ ਹੁੰਦੇ ਆ ਪਰ ਉਡਾਰੀ ਨਹੀਂ ਬਚਦੀ। ਜਦੋਂ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ।
वार श्री भगवती जी की पातशाही दसवीं प्रथम भगवती सिमरत गुरु नानक लई ध्याए रंगत गुरते अमरदास रामदास हुई सहाय अर्जन हर गोविंद नू सिमरौ श्री हर राय श्री हर कृष्ण ध्याई जिस डिठे सब दुख जाए तेग बहादुर सिमरे है घर नानक आवै ताए सब थाई होए सहाय दसवें पातशाह श्री गुरु गोविंद सिंह साहिब जी सब थाई होए सहाय दसा पातशाहियां दी जोत श्री गुरु ग्रंथ साहिब जी दे पवित्र पाठ दीदार दा ध्यान करके बोलो जी पंजा प्यारिया चौहान साहिब जादिया चाली होर गुरुद्वारिया गुरुधामा दे जिन्हां तों पंथ नूं विछोड़िया गया है जी उन्हां दे खुले दर्शन दीदार सेवा संभाल दा दान प्यारे खालसा जी नूं बरबख्शो ਪਾੜਿਆਂ ਦੇ ਪਾੜ ਤੇ ਤਾੜਿਆਂ ਦੇ ਤਾੜ ਤੇ ਉੱਤਿਆਂ ਦੀ ਓਠ ਨੇ ਆਸਰਿਆਂ ਦੇ ਆਸਰੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੇ ਮਹਾਂਬਾਤਾਂ ਅਨੁਸਾਰ ਜਿਹਾ ਜੀ ਲਿਖਿਆ ਤਿਹਾ ਹੁਕਮ ਕਮਾਹੇ ਕੱਲੇ ਆਵੈ ਨਾਨਕਾ ਸਦੇ ਉੱਠੀ ਜਾਹੇ ਜਿਨਕੀ ਚੀਰੀ ਦਰਗਹਿ ਪਾਟੀ ਤਿੰਨਾ ਪਰਨਾ ਭਾਈ ਜੀ ਦੇ ਮਹਾਂਭਗਤ ਅਨੁਸਾਰ ਸਤਿਗੁਰੂ ਜੀਓ ਮਾਤਾ ਰਾਜਵੰਤ ਕੌਰ ਨੂੰ ਜੋ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਉਸ ਨੂੰ ਭੋਗਦੇ ਹੋਏ ਇਸ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ ਹਨ ਉਹਨਾਂ ਦੇ ਸਮੂਹ ਪਰਿਵਾਰ ਨੇ ਮਿਲ ਕੇ ਸਤਿਗੁਰੂ ਜੀ ਉਹ ਪਾਵਨ ਬਾਣੀ ਦਾ ਉਡਾ ਸੁਣਾ ਲੈਂਦੇ ਆ ਗੁਰਬਾਣੀ ਦੇ ਜਾਪ ਕਰਵਾਏ ਹਰੀ ਜਸ ਕੀਰਤਨ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੀਤਾ ਗਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਹਾਜ਼ਰ ਸੰਗਤ ਵੱਲੋਂ ਆਪ ਜੀ ਦੇ ਹਜ਼ੂਰ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਨਾਮ ਬਾਣੀ ਦੇ ਆਸਰੇ ਵਿਛੜੀ ਹੋਈ ਰੂਹ ਨੂੰ ਆਤਮਕ ਸ਼ਾਂਤੀ ਬਖਸ਼ਿਸ਼ ਕਰਨੀ ਆਪ ਜੀ ਦੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਪਰਿਵਾਰ ਨੂੰ ਭਾੜਾ ਮੰਨਣ ਦਾ ਬਲ ਬਖਸ਼ਣਾ ਕਿਰਪਾ ਕਰਨੀ ਪਰਿਵਾਰ ਦੇ ਸਿਰ ਤੇ ਮੇਰਾ ਭਰਿਆ ਜਨਮ ਮਰਨ ਦੁੱਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪ੍ਰੀਤਮ ਜਾਨ ਲਿਓ ਮਨ ਮਾਹੀ ਆਪਣੇ ਅੱਜ ਆਪਾਂ ਉਸ ਸਤਿਕਾਰਯੋਗ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਬਹੁਤ ਵੱਡੀ ਗਿਣਤੀ ਦੇ ਵਿੱਚ ਧਾਰਮਿਕ ਰਾਜਨੀਤਿਕ ਮੁਲਾਜ਼ਮ ਭੈਣ ਭਰਾ ਰਿਸ਼ਤੇਦਾਰ ਦੂਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਇਕੱਠੇ ਹੋਏ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸੰਬੰਧ ਇਸ ਪਰਿਵਾਰ ਦੇ ਨਾਲ ਰਿਸ਼ਤੇਦਾਰੀ ਦੇ ਤੌਰ 'ਤੇ ਵੀ ਹਨ ਪਰ ਉਸ ਤੋਂ ਵੀ ਜ਼ਿਆਦਾ ਮੇਰੇ ਪਿਤਾ ਜੀ ਅਤੇ ਸਰਦਾਰ ਗੁਰਦੇਵ ਸਿੰਘ ਜੀ ਤੂਰ ਇੱਕ ਪਰਮ ਮਿੱਤਰ ਸਨ ਅਤੇ ਉਹ ਮਿੱਤਰਤਾ ਇੰਨੀ ਪ੍ਰਫੁੱਲਿਤ ਹੋਈ ਕਿ ਰਿਸ਼ਤੇਦਾਰੀ ਵਿੱਚ ਵੀ ਬਦਲੀ ਅਤੇ ਉਸ ਤੋਂ ਬਾਅਦ ਮੇਰੇ ਦਾਸ ਵਿੱਚ ਪੱਤਰ ਜੋ ਇਨਸਾਨ ਇਸ ਧਰਤੀ 'ਤੇ ਆਇਆ ਉਹਨੇ ਚਲੇ ਜਾਣਾ ਮਿੱਟੀ ਦੀ ਵੀ ਮੌਤ ਹੋਣੀ ਹੈ ਜ਼ਿੰਦਗੀ ਉਹ ਜੀਓ ਜਿਹਨੂੰ ਮੌਤ ਵੀ ਨਾ ਮਾਰ ਸਕੇ ਅੰਗ ਸੰਗਤ ਦੇ ਵਿੱਚ ਇੱਕ ਜਾਗਰਤੀ ਆਉਂਦੀ ਹੈ ਅਤੇ ਇਹ ਜਿਹੜੀ ਜਾਗਰਤੀ ਰਾਹੀਂ ਇੱਕ ਸੱਚੇ ਪਰਮੇਸ਼ੁਰ ਇੱਕ ਅਕਾਲ ਪੁਰਖ ਨਾਲ ਜੁੜ ਜਾਂਦੇ ਨੇ ਸਭਨਾਂ ਦਾ ਸਤਿਕਾਰ ਕਰਦੇ ਨੇ ਨਫ਼ਰਤ ਨਹੀਂ ਉਹ ਹਰ ਧਰਮ ਦੇ ਮਨੁੱਖ ਦਾ ਸਤਿਕਾਰ ਕਰਦੇ
ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ, ਜਿੱਥੇ ਉਹਨਾਂ ਗੁਰੂ ਗ੍ਰੰਥ ਸਾਹਿਬ 'ਚ ਆਪਣੀ ਬਾਣੀ ਸ਼ਾਮਿਲ ਕੀਤੀ, ਬਾਕੀ ਚਾਰ ਪਾਤਸ਼ਾਹੀਆਂ ਦੀ ਬਾਣੀ ਸ਼ਾਮਿਲ ਕੀਤੀ। ਇਹਦੇ ਨਾਲ ਨਾਲ ਗੁਰੂ ਅਰਜਨ ਦੇਵ ਜੀ ਨੇ ਭਗਤ ਕਬੀਰ ਸਾਹਿਬ ਕਿੰਨੀ ਜ਼ਿਆਦਾ ਵਿਸ਼ਾਲ ਦ੍ਰਿਸ਼ਟੀ ਵਾਲੇ, ਜਦੋਂ ਦਰਬਾਰ ਸਾਹਿਬ ਦੀ ਬੁਨਿਆਦ ਰੱਖਣੀ ਹੈ ਉਸ ਵੇਲੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮੀਆਂ ਮੀਰ ਜੀ ਨੂੰ ਆਖਦੇ ਨੇ ਵੀ ਤੁਸੀਂ ਗੁਰਦਾਸ ਜੀ ਨੂੰ ਆਖਦੇ ਨੇ ਵੀ ਤੁਸੀਂ ਦੇਖੋ, ਜਦੋਂ ਪ੍ਰਕਾਸ਼ ਕਰਨਾ ਬਾਬਾ ਬੁੱਢਾ ਸਾਹਿਬ ਨੂੰ ਆਖਦੇ ਨੇ ਤੁਸੀਂ ਪ੍ਰਕਾਸ਼ ਕਰੋ। ਵਿਸ਼ਾਲਤਾ ਇਹ ਤੰਗ ਦ੍ਰਿਸ਼ਟੀ ਨਹੀਂ, ਅਤੇ ਇਹ ਜਿਹੜੀ ਵਿਸ਼ਾਲ, ਜਦੋਂ ਗੁਰੂ ਅਰਜਨ ਦੇਵ ਜੀ ਇੰਨਾ ਵਿਸ਼ਾਲ ਦ੍ਰਿਸ਼ਟੀ ਦੇ ਨਾਲ ਚੱਲ ਰਹੇ ਨੇ, ਕੁਦਰਤੀ ਸੀ ਬਈ ਸਾਰੇ ਹਿੰਦੂ, ਸਾਰੇ ਮੁਸਲਿਮ, ਸਾਰੇ ਸਿੱਖ ਇਕੱਠੇ ਹੋ ਕੇ ਇੱਕ ਥਾਂ ਤੇ ਭਰਾਵਾਂ ਦੇ ਵਾਂਗ ਬੈਠਣ। ਸਾਈਂ ਜਾਓ ਜੇ ਤੇ ਦੀਵੇ ਨਾਮ ਹੈ, ਜਿੰਨੇ ਵੀ ਤੇਰੇ ਨਾਮ ਦੇ ਮੈਂ ਸਾਰਿਆਂ ਤੋਂ ਇੱਕ ਐਸੀ ਅਵਸਥਾ ਤੇ, ਜਿਸ ਅਵਸਥਾ ਦੇ ਵਿੱਚ ਦੁੱਖ ਨਹੀਂ, ਸੁੱਖ ਨਹੀਂ, ਰੋਗ ਨਹੀਂ, ਸੋਗ ਨਹੀਂ, ਪਾਤਸ਼ਾਹ ਪਹੁੰਚੇ। ਚਲੋ ਜਦੋਂ ਕਾਰਨ ਬਣੇ ਕਿ ਸਥਾਨ ਜਿਹੜਾ ਅੱਜ ਕੱਲ੍ਹ ਆਪਾਂ ਜਾਣਕਾਰੀ ਦਿੰਦੇ ਹਾਂ ਕਿ ਬਾਤ ਦੇ ਵੀ ਸਾਨੂੰ ਜਾਣਕਾਰੀ ਦੇਣ ਦੇ ਲਈ ਡਿਊਟੀ ਅਤੇ ਇਹਨੂੰ ਆਖਿਆ ਗਿਆ ਵੀ ਉਸ ਸਥਿਤੀ ਦਾ ਜਵਾਬ ਦੇਣ, ਕਿਉਂਕਿ ਖੁਸਰਾਂ ਦਾ ਪ੍ਰਸੰਗ ਗੁਰਨਾ ਕੁੰਡੇ ਅਤੇ ਮੰਨਣ ਵਿੱਚ ਬਿਲਕੁਲ ਵਾਜਬ। ਸਾਰੀ ਆਪਾਂ ਗੱਲ ਕਰੀਏ, ਆਪਣਾ ਸਮਾਂ ਬਹੁਤ ਕਰਿਆ, ਭਾਵ ਇਹ ਹੈ ਵੀ ਨਿੱਜ ਕਰ ਵਸੈ ਅੰਮ੍ਰਿਤ ਪੀਵਨ ਤਾਂ ਸੁੱਖ ਲੜੈ ਮਹਲ, ਜਦੋਂ ਪਰਮੇਸ਼ੁਰ ਦਾ ਨਾਮ ਅੰਮ੍ਰਿਤ ਸੁਰਤ ਵਿੱਚ। ਹੁਣ ਜੇ ਪੰਛੀ ਦਰਖਤ ਦੀ ਟਹਿਣੀ 'ਤੇ ਬੈਠਾ ਉਡਾਰੀ ਮਾਰਨਾ ਚਾਹੇ ਅਤੇ ਨਾਲ ਨਾਲ ਪੰਛੀ ਇਹ ਆਖੇ ਮੈਂ ਟਹਿਣੀ ਫੜੀ ਵੀ ਰੱਖਾਂ ਅਤੇ ਉੱਡ ਵੀ ਜਾਵਾਂ, ਇੱਦਾਂ ਨਹੀਂ ਹੋ ਸਕਦਾ। ਜਿੰਨੇ ਮਰਜ਼ੀ ਖੰਭ ਮਾਰੇ ਫੜ ਫੜ ਕਰੀ ਜਾਏਗਾ, ਉੱਡ ਨਹੀਂ ਸਕਦਾ। ਅਤੇ ਬਾਅਦ ਵਿੱਚ ਪੰਛੀ ਦੋਸ਼ ਦੇਵੇ, ਮੈਂ ਜੀ 2 ਘੰਟੇ ਪੰਖ ਮਾਰੇ, ਮੈਂ ਥੱਕ ਗਿਆ ਪੰਖ ਮਾਰ ਮਾਰ ਕੇ, ਮੈਂ ਕਿ ਉਡਾਰੀ ਭਰ ਨਹੀਂ ਸਕਿਆ। ਭਾਈ ਟਹਿਣੀ ਦੀ ਪਕੜ ਛੱਡੀ ਨਾ ਜੀ, ਉਹ ਤਾਂ ਛੱਡੀ ਫਿਰ ਕਿੱਦਾਂ ਉੱਡੇ। ਕਈ ਵਾਰੀ ਨਾ ਇੱਦਾਂ ਹੋ ਜਾਂਦਾ, ਅਸੀਂ ਸੰਸਾਰ ਦੀ ਜਿਹੜੀ ਸਾਡੀ ਮੋਹ ਦੀ ਪਕੜ ਆ, ਲੋਭ ਦੀ ਪਕੜ ਆ, ਇਹਨੂੰ ਛੱਡਣ 'ਚ ਅਸਫਲ ਹੋ ਜਾਂਦਾ। ਜਦੋਂ ਲੋਭ, ਮੋਹ, ਅਹੰਕਾਰ, ਕਾਮ, ਕ੍ਰੋਧ, ਤ੍ਰਿਸ਼ਨਾ, ਈਰਖਾ ਇਤਿਆਦਿਕ ਇਹ ਜਿਹੜੇ ਔਗਣ ਨੇ, ਜਦੋਂ ਤੱਕ ਇਹਨਾਂ ਦੀ ਪਕੜ ਛੱਡੀ ਨਹੀਂ ਜਾਂਦੀ, ਯਤਨ ਤਾਂ ਬਥੇਰੇ ਹੁੰਦੇ ਆ ਪਰ ਉਡਾਰੀ ਨਹੀਂ ਬਚਦੀ। ਜਦੋਂ ਇਹਨਾਂ ਦੀ ਪਕੜ ਛੱਡ ਦਿਆਂਗੇ, ਥੋੜ੍ਹਾ ਹੀ ਯਤਨ ਕਰ ਲਈਏ ਪਹੁੰਚ ਸਕਦੇ। ਜੇ ਪਕੜ ਛੱਡ ਦਿੱਤੀ, ਕੋਸ਼ਿਸ਼ ਇੱਦਾਂ ਕਰਨੀ ਚਾਹੀਦੀ। ਮਹਾਰਾਜ ਕਹਿੰਦੇ ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਵਿਕਾਰ, ਗੁਣਵੰਤੀਆਂ ਨੇ ਸੱਚ ਪਰਮੇਸ਼ਰ ਨੂੰ ਪਾ ਲਿਆ ਹੈ, ਤ੍ਰਿਸ਼ਨਾ ਅਤੇ ਵਿਕਾਰਾਂ ਨੂੰ ਤਜ ਕੇ ਛੱਡ ਕੇ। ਅੱਗੋਂ ਦੱਸਦੇ ਗੁਰ ਸ਼ਬਦੀ ਮਨ ਰੰਗਿਆ, ਦੇਖੋ ਕਿਹੜੇ ਸੌਖੇ ਸ਼ਬਦ ਨੇ ਜਦੋਂ ਆਪਾਂ ਸਮਝੀਏ ਨਾ ਇਹਨਾਂ ਨੂੰ। ਗੁਰ ਸ਼ਬਦੀ ਮਨ ਰੰਗਿਆ, ਭਾਵ ਗੁਰੂ ਦੇ ਸ਼ਬਦ ਦੀ ਰਾਹੀਂ ਮਨ ਨੂੰ ਰੰਗ ਲਿਆ। ਮਨ ਹੈ ਜਿਹੜਾ ਇਹ ਸ਼ਬਦ ਵਿੱਚ ਰੰਗਿਆ ਗਿਆ। ਗੁਰ ਸ਼ਬਦੀ ਮਨ ਰੰਗਿਆ, ਰਸਨਾ ਪ੍ਰੇਮ ਪਿਆਰ, ਅਤੇ ਆ ਰਸਨਾ ਪ੍ਰੇਮ ਅਤੇ ਪਿਆਰ ਦੇ ਵਿੱਚ ਰੰਗੀ ਗਈ। ਰਸਨਾ ਹੁਣ ਫਿੱਕਾ ਨਹੀਂ ਹੋਈ, ਰਸਨਾ ਫਿੱਕਾ ਨਹੀਂ, ਰਸਨਾ ਤੋਂ ਲੋਭ ਦੇ ਬੋਲ ਨਹੀਂ ਆਉਂਦੇ, ਰਸਨਾ ਤੋਂ ਹੰਕਾਰ ਦੇ ਬੋਲ ਨਹੀਂ ਆਉਂਦੇ। ਰਸਨਾ 'ਚ ਨਿਮਰਤਾ ਹੈ, ਪ੍ਰੇਮ ਹੈ। ਰਸਨਾ ਪਰਮੇਸ਼ੁਰ ਦੀ ਸਿਫਤ ਵਿੱਚ ਭਿੱਜੀ ਹੋਈ ਸੱਚ ਬੋਲਦੀ ਹੈ, ਝੂਠ ਨਹੀਂ ਬੋਲਦੀ। ਝੂਠ ਬੋਲਣ ਵਾਲੀ ਸੱਚ 'ਚ ਭਿੱਜੀ ਨਹੀਂ ਹੋਏਗੀ, ਸੱਚ 'ਚ ਭਿੱਜੀ ਰਸਨਾ ਝੂਠ ਬੋਲੇਗੀ। ਪਾਤਸ਼ਾਹ ਦੱਸਣ ਲੱਗੇ
ਬਿਨ ਸਤਿਗੁਰ ਕਿਨਹਿ ਨਾ ਪਾਇਓ, ਕਰ ਵੇਖੋ ਮਨ ਵਿਚਾਰ। ਭਾਈ ਕਰ ਵੇਖੋ ਮਨ ਵਿਚਾਰ, ਮਨ ਵਿੱਚ ਚੰਗੀ ਤਰ੍ਹਾਂ ਵਿਚਾਰ ਕਰਕੇ ਵੇਖੋ। ਸਤਿਗੁਰੂ ਤੋਂ ਬਿਨਾਂ ਕਿਸੇ ਨੇ ਵੀ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਕੀਤੀ। ਜਿਨ੍ਹਾਂ ਨੇ ਵੀ ਪ੍ਰਾਪਤੀ ਕੀਤੀ, ਸੱਚੇ ਗੁਰੂ ਦੀ ਰਾਹੀਂ, ਪਰਮੇਸ਼ੁਰ ਦੀ ਰਾਹੀਂ ਹੀ ਪ੍ਰਾਪਤੀ ਹੋਈ ਹੈ। ਸੱਚੇ ਗੁਰੂ ਪਰਮੇਸ਼ੁਰ ਨੂੰ ਛੱਡ ਕੇ ਪ੍ਰਾਪਤੀ ਨਹੀਂ। ਪਾਤਸ਼ਾਹ ਕਹਿੰਦੇ ਮਨਮੁੱਖ ਮੈਲ ਨਾ ਉਤਰੈ, ਜੇ ਚਿਰ ਸ਼ਬਦ ਨਾ ਕਰੇ ਵਿਚਾਰ। ਮਨਮੁੱਖ ਮੈਲ ਨਾ ਉਤਰੈ, ਮਨਮੁੱਖ ਬੰਦੇ ਦੀ ਮਨ ਦੇ ਉੱਪਰ ਜੰਮੀ ਹੋਈ ਜਿਹੜੀ ਮਲੀਨਤਾ ਆ ਨਾ, ਤਦ ਤੱਕ ਨਹੀਂ ਉਤਰ ਸਕਦੀ ਮਹਾਰਾਜ। ਕਦ ਤੱਕ? ਜੇ ਚਿਰ ਸ਼ਬਦ ਨਾ ਕਰੇ ਪਿਆਰ, ਜਦੋਂ ਤੱਕ ਸ਼ਬਦ ਨਾਲ ਪਿਆਰ ਨਹੀਂ ਪਾਉਂਦਾ। ਸ਼ਬਦ ਨਾਲ ਪਿਆਰ ਪਾ ਕੇ ਹੀ ਮਨ ਨੂੰ ਰੰਗਿਆ ਜਾ ਸਕਦਾ। ਦੱਸ ਰਹੇ ਸੀ ਭਾਈ ਸਾਹਿਬ ਮਾਤਾ ਰਾਜਵੰਤ ਕੌਰ ਜੀ, ਗੁਰੂ ਨਾਲ ਬਾਣੀ ਨਾਲ ਕਾਫੀ ਨੇੜਤਾ ਰੱਖਣ ਵਾਲਾ ਵੀ ਸੀ। ਟਕਸਾਲੀ ਪਰਿਵਾਰ ਆ ਸਰ, ਅਕਾਲੀ ਮੋਰਚਿਆਂ ਲਹਿਰਾਂ 'ਚ ਕਾਫੀ ਰਿਹਾ। ਇਹ ਜਿਹੜੀਆਂ ਚੀਜ਼ਾਂ ਨੇ ਨਾ ਸਾਧ ਸੰਗਤ, ਮਨ ਦੀ ਦ੍ਰਿੜਤਾ ਦੀਆਂ, ਮਨ ਦੇ ਟਿਕਣ ਦੀਆਂ, ਮਨ ਦੇ ਸੱਚ ਨਾਲ ਪਿਆਰ ਪਾਉਣ ਦੇ, ਕਈ ਵਾਰੀ ਨਾ ਦੁਨੀਆਂ 'ਤੇ ਐਸੇ ਲੋਕਾਂ ਨੂੰ ਕਮਲਾ ਵੀ ਤੁਸੀਂ ਕੀ ਲੈਣਾ ਮੋਰਚਿਆਂ 'ਚ ਜਾ ਕੇ, ਤੁਸੀਂ ਕੀ ਲੈਣਾ। ਪਰ ਜਿਨ੍ਹਾਂ ਦੇ ਮਨ ਨੂੰ ਉਹ ਸੱਚ ਦੀ ਰੰਗਤ ਚੜ੍ਹੀ ਹੁੰਦੀ, ਦਰਅਸਲ ਉਹੀਓ ਜਾਣਦੇ ਹੁੰਦੇ ਵੀ ਉਹਨਾਂ ਨੇ ਕੀ ਲੈਣਾ। 1925 ਦੇ ਵਿੱਚ ਪੰਜਾਬ ਸਾਹਿਬ ਦਾ ਇੱਕ ਮੋਰਚਾ ਲੱਗਿਆ ਸੀ, ਸਾਕਾ ਪੰਜਾਬ ਸਾਹਿਬ ਜਿਹੜਾ ਆਪਾਂ ਕਹਿੰਦੇ ਹਾਂ, ਅਤੇ ਉੱਥੇ ਜਦੋਂ ਆਪਾਂ ਸਾਰੇ ਜਾਣਦੇ ਹਾਂ ਟ੍ਰੇਨ ਰੋਕੀ ਗਈ ਸੀ। ਟ੍ਰੇਨ ਨੂੰ ਰੋਕਣ ਦੇ ਲਈ ਸਿੱਖਾਂ 'ਚ ਇੰਨਾ ਪਿਆਰ ਸੀ, ਸਿੱਖਾਂ ਦੀ ਸੇਵਾ ਲਈ, ਭਰਾਵਾਂ ਦੀ ਸੇਵਾ ਲਈ ਪਟੜੀ 'ਤੇ ਲੇਟ ਗਏ ਸੀ, ਅਤੇ ਉਹਨਾਂ 'ਚੋਂ ਦੋ ਦੀ ਜਾਨ ਵੀ ਚਲੀ ਗਈ ਸੀ, ਸ਼ਹੀਦ ਹੋ ਗਏ ਸੀ, ਸਰਦਾਰ ਪ੍ਰਤਾਪ ਸਿੰਘ ਅਤੇ ਭਾਈ ਕ੍ਰਿਸ਼ਨ ਸਿੰਘ, ਦੋ ਜਾਣੇ ਉਹਨਾਂ ਦੀ ਸ਼ਹਾਦਤ ਵੀ ਹੋਈ ਸੀ। ਇੱਕ ਗੁਰੂ ਘਰ ਦਾ ਮੈਨੇਜਰ ਸੀ ਅਤੇ ਇੱਕ ਗੁਰੂ ਘਰ ਦਾ ਰਾਗੀ ਸੀ, ਭਾਈ ਕ੍ਰਿਸ਼ਨ ਸਿੰਘ ਰਾਗੀ ਸੀ ਅਤੇ ਅਕਾਊਂਟੈਂਟ ਸੀ ਭਾਈ ਪ੍ਰਤਾਪ ਸਿੰਘ, ਸ਼ਹੀਦ ਹੋ ਗਏ ਸੀ। ਹੁਣ ਜੇ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਤੁਸੀਂ ਕੀ ਲੈਣਾ ਟ੍ਰੇਨ ਦੀ ਪਗੜੀ 'ਤੇ ਲੇਟ ਕੇ, ਤੁਸੀਂ ਕੀ ਲੈਣਾ ਰੋਕ ਕੇ, ਤੁਸੀਂ ਆਪਣੀ ਜਾਨ ਬਚਾਓ, ਤੁਸੀਂ ਕਿਉਂ ਮੋਰਚਿਆਂ 'ਚ ਫਿਰਦੇ ਹੋ, ਉਹ ਤਾਂ ਉਹਨਾਂ ਨੂੰ ਪਤਾ ਹੈ ਨਾ ਉਹਨਾਂ ਨੂੰ ਉੱਧਰੋਂ ਕੀ ਕਰੋਗੇ। ਜੇ ਕੋਈ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛੇ ਵੀ ਪਾਤਸ਼ਾਹ ਤੁਸੀਂ ਕਿਉਂ ਕਸ਼ਟ ਝੱਲ ਰਹੇ ਹੋ, ਤੁਹਾਡੇ ਪੁੱਤਰ ਸ਼ਹੀਦ ਹੋ ਗਏ। ਇੱਕ ਨਾ ਇਤਿਹਾਸਕਾਰ ਨੇ ਘਟਨਾ ਲਿਖੀ, ਕਹਿੰਦਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਤੋਂ ਬਾਹਰ ਆਏ ਸੀ, ਮਾਛੀਵਾੜੇ ਪਹੁੰਚੇ ਨਹੀਂ ਸੀ, ਰਸਤੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਸਰਕਾਰੀ ਅਧਿਕਾਰ ਮਿਲੇ, ਪਛਾਣ ਲਿਆ ਵੀ ਗੁਰੂ ਗੋਬਿੰਦ ਸਿੰਘ ਨੇ, ਅਤੇ ਗੁਰੂ ਗੋਬਿੰਦ ਸਿੰਘ ਨੂੰ ਆਖਣ ਲੱਗੇ ਅਸੀਂ ਤੁਹਾਨੂੰ ਪਛਾਣ ਲਿਆ ਅਤੇ ਅਸੀਂ ਤੁਹਾਨੂੰ ਇੱਕ ਸਲਾਹ ਦਿੰਦੇ ਹਾਂ ਬਈ ਤੁਸੀਂ ਆਪਣੇ ਆਪ ਨੂੰ ਹਕੂਮਤ ਦੇ ਹਵਾਲੇ ਕਰ ਦਿਓ, ਤੁਸੀਂ ਹਾਰ ਚੁੱਕੇ ਹੋ, ਤੁਹਾਡੇ ਕੋਲ ਕੁਝ ਨਹੀਂ ਰਿਹਾ, ਤੁਹਾਡਾ ਪਰਿਵਾਰ ਤੁਹਾਡੇ ਕੋਲ ਨਹੀਂ, ਤੁਹਾਡੇ ਬੱਚੇ ਤੁਹਾਡੇ ਕੋਲ, ਤੁਹਾਡੇ ਕੋਲ ਚੰਗੇ ਹਥਿਆਰ ਨਹੀਂ, ਚੰਗਾ ਘੋੜਾ ਨਹੀਂ, ਕੁਝ ਵੀ ਨਹੀਂ ਤੁਹਾਡੇ ਕੋਲ, ਠੀਕ ਹੈ, ਕੁਝ ਸਭ ਕੁਝ ਤੁਹਾਡਾ ਅਸੀਂ ਖੋ ਚੁੱਕੇ ਹਾਂ, ਤੁਸੀਂ ਹਾਰ ਚੁੱਕੇ ਹੋ ਅਤੇ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਫੜਨ ਲਈ ਪਾਇਆ ਸੀ। ਵੇਖੋ, ਜੇ ਤਾਂ ਅਨੰਦਪੁਰ ਜਿੱਤਣ ਲਈ ਘੇਰਾ ਪਾਇਆ ਸੀ, ਫਿਰ ਉਹ ਤੁਹਾਡੇ ਕਬਜ਼ੇ 'ਚ ਤੁਸੀਂ ਜਿੱਤੇ, ਤੁਸੀਂ ਘੇਰਾ ਚਮਕੌਰ ਦੀ ਜਿਹੜੀ ਕੱਚੀ ਗੜੀ ਆ ਉਹਦੇ 'ਤੇ ਕਬਜ਼ਾ ਕਰਨ ਲਈ ਪਾਇਆ ਸੀ ਜਾਂ ਗੁਰੂ ਗੋਬਿੰਦ ਸਿੰਘ ਨੂੰ ਫੜਨ ਲਈ ਪਾਇਆ ਸੀ? ਤੁਸੀਂ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਚੁੱਕਣ ਲਈ ਸੈਨਾ ਲਾਈ ਸੀ ਜਾਂ ਗੁਰੂ ਗੋਬਿੰਦ ਸਿੰਘ ਨੂੰ ਬੰਦੀ ਪਾਉਣ ਲਈ? ਜੇ ਤਾਂ ਪਰਿਵਾਰ ਖਤਮ ਕਰਨ ਲਈ ਤੁਰੇ ਸੀ, ਫਿਰ ਤਾਂ ਤੁਸੀਂ ਜਿੱਤੇ ਹੋ, ਕਰ ਦਿੱਤਾ। ਪਰ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਵਾਲੇ ਪਾਸੇ ਤੁਰੇ ਸੀ, ਫਿਰ ਉਹ ਤਾਂ ਅਜੇ ਵੀ ਤੁਰਿਆ ਫਿਰਦਾ, ਫਿਰ ਤੁਸੀਂ ਹਾਰ ਗਏ। ਪੁੱਛਦੇ ਹੋ ਮੈਨੂੰ ਵੀ ਮੈਨੂੰ ਕੀ ਮਿਲੇਗਾ? ਜੋ ਮੈਨੂੰ ਮਿਲ ਰਿਹਾ ਨਾ, ਉਹ ਤੁਸੀਂ ਨਹੀਂ ਸਮਝ ਸਕਦੇ। ਅਤੇ ਮਿਲਿਆ ਪਤਾ ਕੀ ਸੀ?
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਰਾਏਕੋਟ ਅੱਪੜੇ ਆਪਣੇ ਲਾਗੇ ਪੈ ਜਾਂਦਾ, ਇੱਥੋਂ ਨੂਰੇ ਨੂੰ ਭੇਜਿਆ ਸੀ। ਨੂਰਾ ਕੌਣ ਸੀ ਜੀ? ਕੋਈ ਧਨਾੜ ਬੰਦਾ ਸੀ ਜਮਾਈ? ਕੌਣ ਸੀ? ਮੱਝਾਂ ਚਾਰਨ ਵਾਲਾ ਇੱਕ ਨੋਰਮਲ ਸਧਾਰਨ ਜਿਹਾ ਬੰਦਾ ਸੀ। ਅੱਜ ਦੇ ਸਮੇਂ ਜਿਹੜਿਆ ਆਜੜੀ ਹੈ ਲਈ ਫਿਰਦੇ ਆ ਪੱਗ ਪਸ਼ੂਆਂ ਦੇ, ਇਹ ਕਿੰਨੇ ਕੁ ਅਮੀਰ, ਕਿੰਨੀ ਕੁ ਸੂਝ ਬੂਝ, ਕਿੰਨੀ ਕੁ ਸਮਝ ਰੱਖਣ ਵਾਲੇ ਨੇ, ਇਹਨਾਂ ਨੂੰ ਰਾਜਨੀਤਿਕ ਸਮਝ ਕਿੰਨੀ ਕੁ, ਜਿਹੜਿਆ ਪਸ਼ੂ ਚਾਰਦੇ ਅੱਜ ਦੇ ਸਮੇਂ ਹੈ, ਕੋਈ ਸਮਝ ਨਹੀਂ, ਕੋਈ ਸਮਝ ਨਹੀਂ। ਨੂਰਾ ਇਹਨਾਂ ਦੀ ਕੈਟਾਗਰੀ 'ਚੋਂ ਸੀ, ਪਸ਼ੂ ਚਾਰਦਾ ਹੁੰਦਾ। ਉਹਨੂੰ ਭੇਜਿਆ ਅਤੇ ਉਹ ਜਾ ਕੇ ਸਭ ਕੁਝ ਦੇਖ ਕੇ ਆਇਆ। ਉਹਨੇ ਆ ਕੇ ਸਾਰੀ ਗੱਲ ਦੱਸੀ, ਕਹਿੰਦਾ ਜੀ ਏਡਾ ਵੱਡਾ ਜ਼ੁਲਮ ਢਾਇਆ। ਮਹਾਰਾਜ ਕਹਿੰਦੇ ਨੂਰੇ ਇਹ ਤੂੰ ਕਹਿ ਰਿਹਾ ਵੀ ਜ਼ੁਲਮ ਢਾਇਆ? ਕਹਿੰਦਾ ਹਾਂ। ਤੈਨੂੰ ਲੱਗਦਾ ਵੀ ਇਹ ਗੱਲ ਹੋਈ ਆ, ਜ਼ੁਲਮ ਹੋਇਆ? ਕਹਿੰਦਾ ਹਾਂ ਹੋਇਆ। ਅਤੇ ਫਿਰ ਜਾਣਦੇ ਹਾਂ ਨਾ ਆਪਾਂ ਵੀ ਤੀਰ ਨਾਲ ਇੱਕ ਬੂਟਾ ਪੱਟ ਕੇ ਆਖਿਆ ਸੀ ਜ਼ਾਲਮਾਂ ਦੀ ਜੜ ਪੱਟੀ ਦੇ। ਉਹ ਗੱਲ ਗੁਰੂ ਗੋਬਿੰਦ ਸਿੰਘ ਨੇ ਉਦੋਂ ਆਖੀ ਸੀ ਵੀ ਜਦੋਂ ਇੱਦਾਂ ਦੇ ਲੋਕ ਜਿਹੜੇ ਇੰਨੇ ਹੇਠਲੇ ਪੱਧਰ 'ਤੇ ਆਪਣੀ ਜ਼ਿੰਦਗੀ ਜਿਉਣ ਵਾਲੇ ਨੇ, ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ, ਜਦੋਂ ਉਹ ਜਾਗਰੂਕ ਹੋ ਗਏ, ਜਦੋਂ ਉਹਨਾਂ ਨੂੰ ਸਮਝ ਆ ਗਈ, ਫਿਰ ਜੜ ਪੁੱਟੀ, ਫਿਰ ਪੁੱਟੀ ਗਈ। ਹੁਣ ਨਹੀਂ ਬਹੁਤਾ ਸਮਾਂ ਰਹਿ ਸਕਦੇ। ਅਤੇ ਇਹ ਚੀਜ਼ ਗੁਰੂ ਗੋਬਿੰਦ ਸਿੰਘ ਪੈਦਾ ਕਰਨੀ ਚਾਹੁੰਦੇ ਆ ਬਈ ਹੇਠਲੇ ਪੱਧਰ ਤੱਕ ਜਮਈ ਆਮ ਤੋਂ ਆਮ ਜਿਹੜੇ ਲੋਕ ਆ ਉਹਨਾਂ ਨੂੰ ਵੀ ਦੁਨੀਆਦਾਰੀ ਦੀ ਸਮਝ ਆ ਗਈ, ਉਹਨਾਂ ਨੂੰ ਵੀ ਧਰਮ ਦੀ, ਸੱਚ ਦੀ, ਪਰਮੇਸ਼ਰ ਦੀ, ਸੈਲਫ ਰਿਸਪੈਕਟ ਦੀ, ਮਨੁੱਖੀ ਕਦਰਾਂ ਕੀਮਤਾਂ ਦੀ, ਹਿਊਮਨ ਰਾਈਟਸ ਦੀ, ਹੋਰ ਜਿਹੜੀਆਂ ਸਾਰੀਆਂ ਚੀਜ਼ਾਂ ਸਮਝ ਹੋ ਗਈ ਅਤੇ ਇੱਕ ਵਧੀਆ ਜ਼ਿੰਦਗੀ ਬੰਦਾ ਜੀ ਸਕੇ, ਜਿੱਥੇ ਉਸ ਲਈ ਭੈ ਕਾਹੂ ਕੋ ਦੇਤ ਨਹਿ ਭੈ ਮਨ ਕਹਾ, ਨਾ ਹਾਲ ਅਵਸਥਾ ਹੋਵੇ। ਪਰ ਖਿਮਾ ਕਰਨੀ ਅੱਜ ਦੇ ਸਮੇਂ ਨਹੀਂ ਰਹਿੰਦਾ। ਭੈ ਕਾਹੂ ਕੋ ਦੇਤ ਨਹਿ, ਕਿਸੇ ਨੂੰ ਭੈ ਨਾ ਦੇਵੇ ਅਤੇ ਨਾ ਕਿਸੇ ਦਾ ਭੈ ਮੰਨਦਾ ਹੋਵੇ, ਇਹਨਾਂ ਦੀ ਹਾਲਤ ਅਸੀਂ ਕ੍ਰੀਏਟ ਨਹੀਂ ਕਰ ਸਕੇ। ਸੱਚ ਅੱਜ ਸਾਡੇ ਬੱਚੇ, ਸਾਡੀਆਂ ਬੱਚੀਆਂ ਅੱਧੀ ਰਾਤ ਨੂੰ ਅਸੀਂ ਉਹਨਾਂ ਨੂੰ ਘਰੋਂ ਇਕੱਲਿਆਂ ਨੂੰ ਤੋਰ ਨਹੀਂ ਸਕਦੇ, ਸਾਡੇ ਮਨ 'ਚ ਭੈ ਹੁੰਦਾ ਅਤੇ ਸਾਡਾ ਗੁਰੂ ਕਹਿੰਦਾ ਤੁਸੀਂ ਮਾਹੌਲ ਇੱਦਾਂ ਦਾ ਸਿਰਜਣਾ ਜਿੱਥੇ ਤੁਹਾਡੇ ਮਨ 'ਚ ਭੈ ਨਾ ਹੋਵੇ, ਡਰ ਨਾ ਹੋਵੇ, ਇੰਨਾ ਕੁ ਸਿਕਿਓਰ ਹੋਵੋ, ਇੰਨੇ ਕੁ ਸੁਰੱਖਿਅਤ ਹੋਵੋ, ਇਹੋ ਜਿਹੇ ਸਮਾਜ ਦੀ ਸਿਰਜਣਾ ਕਰੋ, ਆਲੇ ਦੁਆਲੇ ਦੀ ਸਿਰਜਣਾ ਕਰੋ। ਆਹ ਚਾਹੁੰਦੇ ਆ ਗੁਰੂ ਗੋਬਿੰਦ ਸਿੰਘ। ਇਸ ਲਈ ਇਸ ਚੀਜ਼ ਨੂੰ ਪਿਆਰ ਕਰਦੇ ਹੋਏ ਉਹ ਆਪਣਾ ਸਭ ਕੁਝ ਹਾਰ ਦਿੰਦੇ ਆ, ਸਭ ਕੁਝ ਲਾ ਦਿੰਦੇ ਆ। ਸੋ ਸਤਿਗੁਰੂ ਕਹਿਣ ਲੱਗੇ ਭਾਈ ਮਨ ਨਿੱਜ ਕਰ ਵਸੈਂ ਅੰਮ੍ਰਿਤ ਪੀਵੈਂ ਤਾਂ ਸੁੱਖ ਲਹੈ ਮਹਲ, ਤਾਂ ਜਿਹੜਾ ਉਹ ਸੁੱਖ ਹੈ ਨਾ ਉਹਨੂੰ ਪਾਇਆ ਜਾ ਸਕੋ, ਮੁਸ਼ਕਿਲ ਤੋਂ, ਮੁਸੀਬਤ ਤੋਂ, ਰੋਗਾਂ ਤੋਂ। ਠੀਕ ਹੈ, ਇਹ ਚੀਜ਼ਾਂ ਸਾਡੇ ਤਨ ਦਾ ਹਿੱਸਾ ਬਣਦੀਆਂ ਰਹਿੰਦੀਆਂ ਨੇ ਅਤੇ ਸਾਨੂੰ ਇਹਨਾਂ ਵੱਲ ਧਿਆਨ ਵੀ ਦਿੱਤਾ ਜਾਣਾ ਚਾਹੀਦਾ, ਪਰ ਇਹਨਾਂ ਦੇ ਵਿੱਚ ਉਲਝ ਕੇ ਅਸੀਂ ਆਪਣਾ ਟੀਚਾ ਨਹੀਂ ਭੁਲਾਏ। ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਹੈ, ਪਾਤਸ਼ਾਹ ਕਹਿੰਦੇ ਭਈ ਪ੍ਰਾਪਤ ਮਾਨੁੱਖ ਦੇ ਵਰੀ ਹੈ। ਆ ਮਨੁੱਖਾ ਦੇਹੀ ਜਿਹੜੀ ਆਪਾਂ ਪ੍ਰਾਪਤ ਕੀਤੀ, ਆਪਾਂ ਸਾਰਿਆਂ ਇਸ ਦੇਹੀ ਦੇ ਰਾਹੀਂ ਆਪਣਾ ਪ੍ਰਯੋਜਨ ਕੀ ਹੈ, ਆਪਾਂ ਕਰਨਾ ਕੀ ਹੈ, ਅਚੀਵਮੈਂਟ ਆਪਣੀ ਕੀ ਹੋਣੀ ਚਾਹੀਦੀ ਆ। ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਆ, ਪਰਮੇਸ਼ੁਰ ਨੂੰ ਮਿਲਣ ਦੀ ਇਹ ਵਾਰੀ ਹੈ। ਗੋਬਿੰਦ ਦਾ ਅਰਥ ਹੁੰਦਾ ਪਰਮੇਸ਼ੁਰ, ਦੋ ਸ਼ਬਦਾਂ ਤੋਂ ਬਣਿਆ, ਗੋ ਜਮ੍ਹਾਂ ਬਿੰਦ, ਗੋ ਦਾ ਅਰਥ ਧਰਤੀ, ਬਿੰਦ ਦਾ ਅਰਥ ਬਿੰਦਣ ਵਾਲਾ, ਪਾਲਣ ਵਾਲਾ, ਧਰਤੀ ਨੂੰ ਪਾਲਣ ਵਾਲਾ, ਜੀਵ ਜੰਤੂਆਂ ਨੂੰ, ਬ੍ਰਹਿਮੰਡ ਨੂੰ ਪਾਲਣ ਵਾਲਾ ਪਰਮੇਸ਼ੁਰ। ਅਤੇ ਉਸ ਪਰਮੇਸ਼ੁਰ ਨੂੰ ਮਿਲਣ ਦਾ ਆ ਸਮਾਂ ਹੈ। ਕਿਹੜਾ ਸਮਾਂ ਜੀ? ਜਬ ਲੱਗ ਜੋਬਨ ਸਾਸਕ ਹੈ, ਜਦੋਂ ਤੱਕ ਸਰੀਰ 'ਚ ਸਾਹ ਨੇ, ਸਰੀਰ ਚੱਲਦਾ ਫਿਰਦਾ, ਜਦ ਤੱਕ ਜਿਉਂਦੇ ਹਾਂ ਉਦੋਂ ਤੱਕ ਸਮਾਂ ਹੈ ਪਰਮੇਸ਼ੁਰ ਵਿੱਚ ਮਿਲਣ ਦਾ, ਅਭੇਦ ਹੋਣ ਦਾ। ਅਤੇ ਉਸ ਅਭੇਦਤਾ ਦੇ ਲਈ ਸਾਨੂੰ ਕੀ ਕਰਨਾ ਪਵੇਗਾ? ਔਦ ਘਟੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾਜ ਸੁਣਾਵਾ। ਹੇ ਮੇਰੇ ਮਨ, ਗੁਰੂ ਨੂੰ ਮਿਲ, ਗੁਰੂ ਨੂੰ ਮਿਲ ਕੇ ਆਪਣਾ ਇਹ ਕਾਰਜ ਸਵਾਰ। ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਆ, ਅਵਰ ਕਾਜ ਤੇਰਾ ਜਿਤੈ ਨਾ ਕਾਜ। ਹੋਰ ਕੋਈ ਕਾਰਜ ਤੇਰੇ ਕੰਮ ਨਹੀਂ ਆਉਣਾ। ਕਿਹੜੇ ਕੰਮ ਜੀ? ਗੋਬਿੰਦ ਮਿਲਣ।
परमेश्वर नूं मिलन विच होर कोई काम सहाई नहीं होना, इको ही सहाई होगा कि मिल साध संगत भज केवल नाम। संगत विच जुड़िया कर, संगत करिया कर, संगत करके परमेश्वर का नाम जपिया कर, इं तू परमेश्वर के नेड़े जा सकता। इस तो बिना उहदे नेड़े पहुँचण दे लई दूजा कोई साधन, दूजा कोई कारज कारगर नहीं, सहाई नहीं हो सकता। सो पातशाह जी के जिहड़े वचन ने साध संगत ध्यान दे नाल आपां इहनां नूं भाई पढ़िया करिए, समझिया करिए, जीवन विच आपां इहनां नूं वसाया करिए। जिथे साडा जीवन अध्यात्मिक पक्ष तों सिखर दा उच्च पाए दा होना चाहीदा, उत्थे साडा जीवन समाजिक पक्ष तों भी एक चंगा ते उच्च पाए दा होना चाहीदा है। समुच्चा परिवार सरदार गुरदेव सिंह जी दा, जिन्हां दी सुपत्नी सत्कारयोग माता राजवंत कौर जी शरीर त्याग चुके हैं, इन्हां दे सपुत्र सरदार शशपाल सिंह जी रिटायर्ड DSP भावे पहला परिवार को विछोड़ा दे गए सन, ते इन्हां दे दो सपुत्र सरदार बीरपाल सिंह ते निरपाल सिंह जो विदेशां दे विच आपो अपने परिवारां दे नाल चंगा जीवन बतीत कर रहे ने। खास अज दे समागम उलीके ने, सारे का सारा परिवार देश पंजाब दे लई अपने जिथे जिथे इन्हां दा है परमेश्वर दे वल्लों लगियां होईयां सेवावां उन्हां नूं निभाउंदे ने। ते अकाली टकसाली परिवार आ, वेखो साध संगत पार्टी कोई माड़ी नहीं होंदी, परिवार कोई माड़ा नहीं होंदा, पिंड शहर कोई माड़ा नहीं होंदा। जदों उस विच माड़े लोकां दा आउणा शुरू हो जांदा तदों किसी ना किसी थां ते उसदी शाख नूं ढाह लगनी शुरू हो गई। साफ सुथरे अक्ष वाले लोग ने, वधिया थावां ते जिहड़े चंगीआं सेवावां दे रहे ने, उहनां दी आपां नूं सहायता करनी चाहीदी है। इक गुरसिख होण दे नाते धन गुरु गोबिंद सिंह सचे पातशाह की विरोधता सारी उम्र औरंगजेब करता रहा। उहदा पुत्र बहादुर शाह जदों गुरु गोबिंद सिंह तों सहायता मंगदा है, गुरु गोबिंद सिंह जी कहिंदे सानूं कोई हर्ज नहीं है सहायता दे विच। सिखां ने पुछिया कहिंदे महाराज इहदा पिता ते सारी उम्र विरोधता करता रहा ते आपां इहदे नाल तुरांगे ते लोक की आखणगे। पातशाह कहिंदे वेखो हर एक दे कर्म आपो अपने ने, औरंगजेब दे अपने सी, बहादुर शाह दे अपने ने। जे औरंगजेब माड़ा सी इहदा मतलब इह नहीं है वी बहादुर शाह वी माड़ा। संगत चंगे मनुखां दे नाल खड़ोना, चंगियां दी सहायता करनी, चंगियां नूं अगे लैके आउणा, इह सिख दे जीवन दा करतब होना चाहीदा। आपां नूं इदां नहीं होना चाहीदा वी मन च जलसी होवे जां किसी प्रकार की नफरत होवे वी इह फलाना अगे जा रिहा मैनूं पिछे खिच्चां। इह चीज़ां साडे सुभाअ दा अंग नहीं साथ सुण। सानूं गुरसिखां नूं ना गुरु पातशाह ने इदां दे बनाया। जदों ना धन गुरु नानक देव जी का जीवन पढ़ते हाँ असीं वेखदे हां ते हैरानी होंदी, जगत का गुरु है गुरु नानक, है ना। ते जदों उन्होंने अगे गुरगद्दी देनी आ ते उह चुणदे ने लहणा जी नूं, लोग पुछदे आ गुरु नानक जी तुहाडे पुत्रां च योगता है नहीं, ते गुरु नानक शर्मिंदा नहीं होंगे भी मैनूं मूँह झुकाउणा पएगा, मैं गुरु हाँ, मैं अपने पुत्रां नूं योग नहीं बना सकिया। वो कहिंदे देखो इह च कोई शर्म वाली गल नहीं, स्पष्ट है भी नहीं उहनां च योगता नहीं, ते मैं खुश हाँ मैं अपने वर्गा लहणा पैदा कर चुका, मैनूं तसल्ली है इस गल, इह मेरे तो भी अगे लैके जाणगे मेरे कारज। वेखो ये चीज़ां होनियां चाहीदियां ने, जरूरी नहीं है भी मैं अपने तक ही रहा, मैनू लगता है भी एक बंदा दूजा मेरे तो बेहतर काम कर सकता है, चंगा कर सकता है, कि जे मैं उत्थे सियाणा आ मैनू अपने कदम पिछे कर लेनी चाहिए। ये सियाणपां, ये चीज़ां गुरु पातशाह ने सानू सिखाईयां ने, अज साडे सभ्यक समाज का ये चीज़ां हिस्सा होनियां चाहीदियां, नहीं तो साडा जो हाल होया पिया साध संगत आप जी बहुत वधिया तरीके नाल समझदे। सो भाई हल सारिया चीज़ों का एको एक है गुरु ग्रंथ साहब की बाणी, गुरु ग्रंथ साहब की बाणी का पाठ, बाणी की समझ। जिस कदर माता राजवंत कौर जी ने अपने परिवार को पालिया, देखो
माता पिता के सामने उन्हों का बच्चा भावें धी है भावें पुत्ता है ना वो चला जाए उन्होंने ये एक दुख काफ़ी वड्डा होता पर यह चीज़ को सामने रख के उन्होंने अपने परिवार की जिहड़ी परवरिश है वह की है गुरबाणी गुरु ग्रंथ साहब के लड़ लगे रहे बाणी का सहारा आसरा भाई साहब दसते उन्होंने अपने जीवन में रखिया बाणी के नाल जुड़े रहे हैं तो बाणी की ही बरकत सी भाई इन्ना वड्डा दुख वो बाणी की बरकत नाल अपनी जिंदगी छल गए सो कोशिश आप करनी है भाई गुरबाणी का सहारा गुरबाणी का आसरा आप लेके रखना क्योंकि जिन्ने को गुरबाणी नाल जुड़ांगे आत्मिक पक्ष तो उन्ने मजबूत होवांगे जिन्हें आत्मिक पक्ष तो मजबूत होवांगे उन्ने साडे परिवार मजबूत होंगे जिन्हें साडे परिवार मजबूत होंगे उन्ना साडा समाज मजबूत होगा इन्हें लई सानू पहल अपने आपे तो करनी पएगी सो आओ आप समाप्ति वल वधदे हाँ कीर्तन गुरु चरणों पढ़ते हाँ उपरंत आनंद साहब की अरदास बेनती रल मिल के आप सारे गुरु चरणों के माता जी ने करांगे जी सो सनिमर संगत को बेनती है एक शब्द अरदास रूप के पढ़ांगे बड़ा ही संखेप शब्द है सारी पंजां सत्तां मिंटां च आपां समाप्ति करन लगे हाँ जी सारिया ने एकाग्रता सहित शब्द के अपने ध्यान अपनी सुरत में जोड़ना है उपरंत आनंद साहब का कीर्तन ते अरदास बेनती च आपां सारे जुड़ना करांगे जी आओ शब्द ते समाप्ति दे वल आपां वधदे हाँ Bye.
ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਨਕ ਆਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਇਹਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ
ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਫੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੇ, ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿੱਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਸਾਹਿਬ। ਭਰੋਸਾ ਦਾਨ ਦਾਤਾ ਸਿਰਦਾਨ ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਦਾਨ, ਚੌਂਕੀਆਂ ਝੰਡੇ ਫੂਬੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਵਾਹਿਗੁਰੂ ਜੀ, ਮਨ ਦੇ ਰੱਖ ਆਪ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਈ ਦਾ ਕਾਰਜੀਓ ਸ੍ਰੀ ਨਨਕਾਣਾ ਸਾਹਿਬ। ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਰਵਾਣਿਆਂ ਦੇ ਮਾਣ ਤੇ ਤਾਣਿਆਂ ਦੇ ਤਾੜ, ਦੇਵਤਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਦੇ ਮਹਾਂਬਾਤਾਂ ਅਨੁਸਾਰ ਜਿਹਾ ਜੀਵੀ ਲਿਖਿਆ ਤਿਹਾ ਹੁਕਮ ਪਾਹੇ, ਕੱਲੇ ਆਵੈ ਨਾਨਕਾ ਸਦੇ ਉੱਠੀ ਜਾਹੇ, ਜਿਨਕੀ ਚੀਰੀ ਦਰਗਹਿ ਪਾਟੀ ਤਿੰਨਾ ਮਰਨਾ ਭਾਈ ਜੀ ਦੇ ਮਹਾਂਭਗਤ ਅਨੁਸਾਰ ਸਤਿਗੁਰੂ ਜੀਓ ਮਾਤਾ ਰਾਜਵੰਤ ਕੌਰ ਨੂੰ ਜੋ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ, ਉਸ ਨੂੰ ਭੋਗਦੇ ਹੋਏ ਇਸ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦੇ ਸਮੂਹ ਪਰਿਵਾਰ ਨੇ ਮਿਲ ਕੇ ਸਤਿਗੁਰੂ ਜੀਓ ਪਾਵਨ ਬਾਣੀ ਦਾ ਓਟਾ ਸੁਣਾ ਲੈਂਦੇ ਆ, ਗੁਰਬਾਣੀ ਦੇ ਜਾਪ ਕਰਵਾਏ, ਹਰੀਜਸ ਕੀਰਤਨ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੀਤਾ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀਓ ਹਾਜ਼ਰ ਸੰਗਤ ਵੱਲੋਂ ਆਪ ਜੀ ਦੇ ਹਜ਼ੂਰ ਬੇਨਤੀ ਹੈ, ਸੱਚੇ ਪਾਤਸ਼ਾਹ ਜੀ ਨਾਮ ਬਾਣੀ ਦੇ ਆਸਰੇ ਵਿਛੜੀ ਹੋਈ ਰੂਹ ਨੂੰ ਆਤਮਕ ਸ਼ਾਂਤੀ ਬਖਸ਼ ਕਰਨੀ, ਆਪ ਜੀ ਦੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ, ਕਿਰਪਾ ਕਰਨੀ ਪਰਿਵਾਰ ਦੇ ਸਿਰ ਤੇ ਮੇਰਾ ਪ੍ਰਿਆਪ ਰੱਖਣਾ, ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਸੰਗਤਾਂ ਨੇ ਆਪ ਜੀ ਦੇ ਪਾਵਨ ਹਜ਼ੂਰੀ ਵਿੱਚ ਹਾਜ਼ਰੀ ਭਰੀ ਹੈ, ਦਿਲ ਫੁੱਲ ਭੇਟਾ ਕੀਤਾ ਪ੍ਰਵਾਨ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਸਮੂਹ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀ ਆ, ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ। ਆਪ ਜੀ ਦੇ ਦਰਬਾਰ ਜੀ ਦੇ ਹਜ਼ੂਰ ਕੜਾ ਪ੍ਰਸਾਦ ਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋ ਗਏ, ਪ੍ਰਵਾਨ ਹੋਇਆ ਪ੍ਰਸਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆ ਗਿਆ। ਬਖਸ਼ੋ ਕਰੋ ਕਿਰਪਾ ਲਾਹੀ ਦੁਰਗਾਹੀ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰਕੇ ਨਿਹਾਲ ਨਿਹਾਲ ਕਰੋ। ਮਹਾਰਾਜ ਜੀ ਉਹ ਗੁਰਬਾਣੀ ਦੇ ਜਾਪ ਕਰਦੇ ਆ, ਕਥਾ ਕੀਰਤਨ ਕਰਦੇ ਆ, ਸੇਵਾਦਾਰਾਂ ਕੋਲੋਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਕਿਰਪਾ ਕਰਨੀ, ਅੱਗੇ ਤੋਂ ਸ਼ੁੱਧ ਸਪਸ਼ਟ ਗੁਰਬਾਣੀ ਪੜ੍ਹਨ ਸੁਣਨ ਦਾ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ, ਸਰਬੱਤ ਦੇ ਕਾਰਜ ਰਾਸ ਕਰਨੇ,
ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਜਿੰਦਾ ਬੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰਾ ਗਿਆ ਭਈ ਅਕਾਲ ਕੇ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਪਾਲਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਮਿਲੇਗੇ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸਰਦਾ ਕਰ ਸੇ ਪਦੇ ਗੁਰਪਾਰ ਉਤਾਰਨ ਜੋ ਸਰਦਾ ਕਰ ਸੇ ਪਦੇ ਗੁਰਪਾਰ ਉਤਾਰਨ ਹਾਰ ਬੋਲੇ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਨੌਵਾਂ ਪ੍ਰੀਤਮ ਜਾਣ ਲਿਓ ਮਨ ਮਾਹੀ ਆਪਣੇ ਸੁਖ ਸੋਹੀ ਜਗ ਪਾਂਧਿਓ ਕੋ ਕਾਹੂ ਕੋ ਨਾਹੇ ਪ੍ਰੀਤਮ ਜਾਣ ਲਿਓ ਮਨ ਮਾਹੇ ਆਪਣੇ ਸੁਖ ਸੋਹੀ ਜਗ ਪਾਂਧਿਓ ਕੋ ਕਾਹੂ ਕੋ ਨਾਹੇ ਰਹਾਮ ਸੁਖ ਮੈਂ ਆਣ ਬਹੁਤ ਮਿਲ ਵਹਿਟਤ ਰਹਿਤ ਚਹੋਂ ਦਿਸ ਘੇਰੇ ਬਿਪਤ ਪਰੀ ਸਭ ਹੀ ਛੱਡ ਸੰਗ ਸਭ ਹੀ ਸੰਗ ਛੱਡਤ ਪੂਰ ਆਵੈ ਨੇਰੇ ਘਰ ਕੀ ਨਾਰ ਬਹੁਤ ਹਿਤ ਜਾਸ ਸਦਾ ਰਹਿਤ ਸੰਗ ਲਾਗੇ ਜਬ ਹੀ ਹਸਤ ਜੀ ਇਹ ਕਹਾਇਆ ਪ੍ਰੇਤ ਪ੍ਰੇਤ ਕਰ ਭਾਗੇ ਇਹ ਵਿਦ ਕੋ ਵਿਹਾਰ ਬਣਿਓ ਹੈ ਜਾਂ ਸੋਨਿਹੋ ਲਗਾਇਓ ਅੰਤ ਵਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ ਇਹ ਵਿਦ ਕੋ ਵਿਹਾਰ ਬਣਿਓ ਹੈ ਜਾਂ ਸੋਨਿਹੋ ਲਗਾਇਓ ਅੰਤ ਵਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਉਸ ਸਤਿਕਾਰਯੋਗ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਬਹੁਤ ਵੱਡੀ ਗਿਣਤੀ ਦੇ ਵਿੱਚ ਧਾਰਮਿਕ ਰਾਜਨੀਤਿਕ ਮੁਲਾਜ਼ਮ ਭੈਣ ਭਰਾ ਰਿਸ਼ਤੇਦਾਰ ਦੂਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਇਕੱਠੇ ਹੋਏ ਹਾਂ ਸਮਾਂ ਆਗਿਆ ਨਹੀਂ ਦਿੰਦਾ ਕਿ ਸਾਰਿਆਂ ਦੇ ਨਾਂ ਲਏ ਜਾਣ ਸਮਾਂ ਬਹੁਤ ਲੱਗ ਜਾਣਾ ਸੋ ਪਰਿਵਾਰ ਵੱਲੋਂ ਪਰਿਵਾਰ ਦੇ ਬਾਰੇ ਪਹਿਲਾਂ ਗ੍ਰੰਥੀ ਸਿੰਘਾਂ ਨੇ ਦੱਸ ਦਿੱਤਾ ਪਰਿਵਾਰ ਜਿਹੜਾ ਹੈ ਬਹੁਤ ਹੀ ਟਕਸਾਲੀ ਪਰਿਵਾਰ ਔਰ ਬਹੁਤ ਹੀ ਗੁਰੂ ਘਰ ਦੇ ਨਾਲ ਸ਼ਰਧਾ ਰੱਖਣ ਵਾਲਾ ਪਰਿਵਾਰ ਸੋ ਮੈਂ ਬੇਨਤੀ ਕਰਾਂ ਕਰਮਵੀਰ ਸਿੰਘ ਜੀ ਸਿੱਧੂ ਕਿ ਉਹ 2 ਮਿੰਟ ਦੇ ਲਈ ਪਰਿਵਾਰ ਦੇ ਬਾਰੇ ਦੱਸਣ ਉਹਨਾਂ ਤੋਂ ਬਾਅਦ ਦੇ ਵਿੱਚ ਬੇਨਤੀ ਕਰਾਂ ਵਿਜੇ ਇੰਦਰ ਸਿੰਘ ਜੀ ਸਿੰਗਲਾ ਕੈਬਨਿਟ ਮੰਤਰੀ PWD ਪੰਜਾਬ ਸਰਕਾਰ ਨੂੰ ਕਿ ਉਹ ਵੀ ਆਪਣੇ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਨ ਕਰਮਵੀਰ ਸਿੰਘ ਜੀ ਸਿੱਧੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਹਜ਼ੂਰੀ ਵਿੱਚ ਬੈਠੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸੰਬੰਧ ਇਸ ਪਰਿਵਾਰ ਦੇ ਨਾਲ
रिश्तेदारी के तौर पर भी हैं, पर उस तो भी ज़्यादा मेरे पिता जी और सरदार गुरदेव सिंह जी धूण एक परम मित्र सन। वो मित्रता इन्नी प्रफुल्लित हुई कि रिश्तेदारी विच भी बदली। उस तो बाद मेरे पिता जी बहुत जो मैं छोटा सी उदों अकाल चलाना कर गए सन, तो उस तो बाद जो सेध साढ़े परिवार को इस परिवार वालों मिली वो असी हमेशा रेड़ी रहांगे। और ये परिवार के नाल इन्नी ज़्यादा नेड़ता हो गई कि जो मेरे भरा शिशपाल के रिश्तेदार सन वो मेरे रिश्तेदार हो निबड़े। जे समाजिक तौर के उपर मैं सरदार गुरदेव सिंह होर वालों सेध मिली तो मेरे डिपार्टमेंट के जो कि एक्साइज एंड टैक्सेशन डिपार्टमेंट है, इन्हां इस परिवार के जवाई सरदार बलदेव सिंह जी घूमण जो कि साढ़े डिपार्टमेंट के एक सिरमौर अफसर हो के निबड़े हैं, उन्होंने मैं हमेशा अपनी छत्र कैद में रखा। सरदारनी राजवंत कौर जी साढ़े रिश्तेदारी भी सन, जदों इन्होंने अपना गृहस्थ जीवन इस परिवार के आके जदों गुजारना शुरू किया तो उस समय इन्हां दे पेका परिवार इन्हां दा सहुरा परिवार दोनों ही बहुत नामवर परिवार सन। उस पासे भी एक जॉइंट फैमिली दे विच विचरदे सन, ते इत्थे आके भी इन्होंने जॉइंट फैमिली दे विच ही संयुक्त परिवार दे विच ही अपना गृहस्थ जीवन आरंभ किया, क्योंकि सरदार गुरदेव सिंह धूण भरावां विचों सब तो वड्डे सन, इसलिए सारा जिम्मा सरदारनी राजवंत कौर जी के उपर आया कि इस सारे परिवार को इकट्ठा रख सकन। मैनू जदों भी कोई मनुख अपनी सारी जीवन यात्रा पूरा कर लेता है उस तो बाद ही तुसी उसका कोई आंकलन कर सकते हो, उस तो बाद ही तुसी कोई उसकी असैसमेंट कर सकते हो। सो अज मैं बड़े गौरव नाल ये गल कह रहा कि सरदारनी साहब ने अपना पूरा गृहस्थ जीवन दे विच अपने पूरे फर्ज इन्ने चंगे तरीके नाल निभाए कि इन्हां दी असैसमेंट दे विच इन्हां नूं 100 दे विचों 100 नंबर दित्ते जा सकते। सरदार गुरदेव सिंह चार भरा सन, एक भैन, और उन्हां विचों सब तो वड्डे होण दे करके सब दी पढ़ाई का जिम्मा सरदार गुरदेव सिंह होरां दे कोल सी, और बड़े अच्छे तरीके दे नाल उन्हां दे सारे भरा अपने अपने जीवन दे विच बहुत ही सफल रूप दे विच उभरे, अते पढ़ाई दे विच वेख्या जावे तां वी उन्होंने बहुत अच्छे तरीके दे नाल सरदार मिश्रा सिंह, सरदार हरदेव सिंह, हरदेव सिंह PhD करके डॉक्टर बने, एक किसान घराने दे विचों उन्हां समय दे विच डॉक्टरेट करना बहुत वड्डी गल है। अते उन्होंने अपने भरा का भी उन्ना ही मान सत्कार किया। फिर जदों दुनियावी तौर के उपर असी अपने अपने राह आप चुनते हाँ तो उन्होंने सरदार गुरदेव सिंह होर ने पूरी आज़ादी दी कि तुसी जिस तरीके नाल मर्जी अपने अपने जीवन के राह चुन सकते हो, तो उस दे विच सरदारनी राजवंत कौर जी ने उन्होंने पूरा साथ दिता। उन्होंने कोई मेल तेर या कोई अजिहा शरीकाबाजी नहीं की, सगों बहुत ही चंगे तरीके सुलझे हुए परिवार की तरह ये सारे भरा आपो अपने वक् वक् राह उपर गए जिते इन्होंने होर मार के मारे। फिर उस तो बाद जदों इन्हों अपने बच्चों के बारे गलता होया तो एक बहुत ही परमात्मा का एक भाणा बीतिया जो कि एक माँ के वास्ते असह भाणा होंदा है, जदों कि इन्हों का भर जवानी दे विच एक बहुत ही होनहार बच्चा शिशपाल सिंह जो कि डिप्टी सुपरिटेंडेंट ऑफ जेल सन उस समय उन्हों का देहांत हो गया। उस तो बाद इन्होंने परिवार के विच कोई अजिही गमगीरता नहीं आन दिती, रब दे लड़ लग के परमात्मा का सहारा लैके इन्होंने अपने उस बच्चे के सारे परिवार को इस तरीके नाल लै लिया जिवें कोई बिल्कुल ही छतर छाया अपनी थले, उन्होंने बड़ी अच्छी तरीके दे नाल उन्हां दे बच्चे नू पालिया। अपने दूसरे बच्चों नू भी जदों वो बाहर चले गए, एक कैनेडा है, एक USA दे विच है,
ਤਾਂ ਉਹਨਾਂ ਦੇ ਬੱਚਿਆਂ ਨੂੰ ਵੀ ਇਹਨਾਂ ਨੇ ਬਹੁਤ ਸਹਾਰਾ ਦਿੱਤਾ, ਜੋ ਕਿ ਅੱਜ ਕੱਲ੍ਹ ਜਦੋਂ ਵੀ ਬੱਚੇ ਬਾਹਰ ਸੈਟਲ ਹੁੰਦੇ ਨੇ ਉਹਨਾਂ ਨੂੰ ਘਰ ਦੇ ਕਿਸੇ ਵੱਡੇ ਪਰਿਵਾਰ ਦੀ ਸਹਾਰੇ ਦੀ ਲੋੜ ਹੁੰਦੀ ਹੈ, ਤਾਂ ਇਹਨਾਂ ਨੇ ਆਪਣਾ ਪੂਰੀ ਤਨਦੇਹੀ ਦੇ ਨਾਲ ਉੱਥੇ ਜਾ ਕੇ ਆਪਣਾ ਫਰਜ਼ ਪੂਰਾ ਕੀਤਾ। ਸੋ ਜ਼ਿੰਦਗੀ ਦੇ ਜਿਸ ਪਾਸੇ ਵੀ ਵੇਖ ਲਈਏ, ਕਿਸੇ ਪਾਸੇ ਵੀ ਵੇਖ ਲਈਏ, ਇਹਨਾਂ 'ਚ ਕੋਈ ਰੂਨਤਾ ਨਹੀਂ ਦਿਸਦੀ। ਦੂਸਰਾ ਸਦਮਾ ਇਹਨਾਂ ਨੂੰ, ਇਹ ਆਪਣਾ ਇਹਨਾਂ ਦਾ ਛੋਟਾ ਭਰਾ ਸਾ ਦਿਲਜੀਤ ਸਿੰਘ, ਉਹਨਾਂ ਨਾਲ ਬਹੁਤ ਪਿਆਰ ਸੀ, ਉਹ ਸਦਮਾ ਇਹਨਾਂ ਲਈ ਇੱਕ ਅਸਹਿਜਿਹਾ ਹੋ ਗਿਆ ਜੋ ਕਿ ਮੈਂ ਦੇਖਦਾ ਸੀ। ਉਹਨਾਂ ਦੇ ਪੂਰੇ ਹੋਣ ਤੋਂ ਬਾਅਦ ਇਹ ਆਪਣੇ ਇਹਨਾਂ ਦੇ ਸਾਹਿਬ ਗੁਰਦੇਵ ਸਿੰਘ ਟੂਰ ਵੀ ਗਏ, ਪਰ ਉਹਨਾਂ ਨੂੰ ਇਹਨਾਂ ਉਸ ਭਾਣੇ ਨੂੰ ਇਹਨਾਂ ਨੇ ਸੁਭਾਵਕ ਲੈ ਲਿਆ, ਕਿਉਂਕਿ ਉਹ ਕਾਫੀ ਦੇਰ ਲੰਬੇ ਸਮੇਂ ਬਿਮਾਰ ਵੀ ਰਹੇ ਅਤੇ ਉਹਨਾਂ ਦਾ ਹੌਸਲਾ ਵੀ ਉਹਨਾਂ ਨੇ ਇਹਨਾਂ ਨੂੰ ਇੰਨਾ ਦਿੱਤਾ ਕਿ ਕੋਈ ਫਿਕਰ ਨਹੀਂ ਕਰਨਾ, ਮੇਰੇ ਤੋਂ ਬਾਅਦ ਤੁਸੀਂ ਸਮਰੱਥ ਹੋ। ਪਰ ਆਪਣੇ ਭਰਾ ਤੋਂ ਬਾਅਦ ਇਹ ਥੋੜ੍ਹਾ ਬਹੁਤ ਮੈਂ ਇਹਨਾਂ ਦੀ ਵਿਚਲਤਾ ਦੇਖੀ, ਪਰ ਪਰਮਾਤਮਾ ਇੱਕ ਅਜਿਹਾ ਸ਼ਕਤੀ ਹੈ, ਪਰਮਾਤਮਾ ਦੇ ਅੱਗੇ ਅਸੀਂ ਕੋਈ ਚਾਰਾ ਨਹੀਂ ਕਰ ਸਕਦੇ, ਪਰ ਜੋ ਵੀ ਉਹ ਕਰਦਾ ਹੈ ਉਹ ਬਹੁਤ ਹੀ ਕਿਸੇ ਸੋਚੀ ਸਮਝੀ ਸਕੀਮ ਦੇ ਅੰਦਰ ਹੀ ਕਰਦਾ ਹੈ, ਇਸੇ ਨੂੰ ਅਸੀਂ ਭਾਣਾ ਕਹਿੰਦੇ ਹਾਂ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਇਸ ਪਰਿਵਾਰ ਦੇ ਨਾਲ ਆਪਣੀ ਸਾਰੀ ਅੱਜ ਦੇ ਸਮੇਂ ਅੱਜ ਦੇ ਟਾਈਮ ਦੇ ਉੱਪਰ ਇਸ ਪਰਿਵਾਰ ਦੇ ਨਾਲ ਆਪਣਾ ਦੁੱਖ ਸਾਂਝਾ ਕਰਨ ਆਏ ਹੋ। ਇਸ ਦੇ ਨਾਲ ਨਾਲ ਹੀ ਮੈਂ ਹੁਣ ਸਾਡੇ ਇੱਕ ਬੜੇ ਹੀ ਹੋਣਹਾਰ ਇੱਥੋਂ ਦੇ ਤੁਹਾਡੇ ਨੁਮਾਇੰਦੇ, ਤੁਹਾਡੀ ਖੁਸ਼ਕਿਸਮਤੀ ਹੈ ਕਿ ਤੁਹਾਨੂੰ ਇਹ ਚੰਗੇ ਨੁਮਾਇੰਦੇ ਮਿਲੇ ਹਨ। ਸਾਡੇ PWD ਮਿਨਿਸਟਰ ਸ੍ਰੀ ਵਿਜਿੰਦਰ ਸਿੰਘ ਦਾ ਜੀ ਨੂੰ ਕਹਾਂਗਾ ਕਿ ਉਹ ਸ਼ਰਧਾ ਦੇ ਫੁੱਲ ਭੇਟ ਕਰਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਵਿੱਚ ਇਕੱਤਰ ਹੋਈ ਗੁਰੂ ਰੂਪੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨਾ, ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਆਪਣੇ ਸਭ ਦੇ ਬਹੁਤ ਹੀ ਸਤਿਕਾਰਯੋਗ ਸਰਦਾਰਨੀ ਰਾਜਵੰਤ ਕੌਰ ਜੀ ਦੀ ਅੰਤਿਮ ਅਰਦਾਸ ਵਿੱਚ ਇਕੱਤਰ ਹੋ। ਜੋ ਇਨਸਾਨ ਇਸ ਧਰਤੀ 'ਤੇ ਆਇਆ ਹੈ ਉਹਨੇ ਚਲੇ ਜਾਣਾ, ਮਿੱਟੀ ਦੀ ਵੀ ਮੌਤ ਹੋਣੀ ਹੈ, ਜ਼ਿੰਦਗੀ ਉਹ ਜੀਓ ਜਿਹਨੂੰ ਮੌਤ ਵੀ ਨਾ ਮਾਰ ਸਕੇ। ਅੰਕਲ ਬੋਲ ਕੇ ਗਏ ਹੈ, ਸਰਦਾਰਨੀ ਜੀ ਬਾਰੇ, ਉਹਨਾਂ ਦੇ ਪਰਿਵਾਰ ਬਾਰੇ, ਉਹਨਾਂ ਦੀ ਸੋਚ ਬਾਰੇ, ਉਹਨਾਂ ਦੀ ਸ਼ਖਸੀਅਤ ਬਾਰੇ ਬੜੇ ਵਿਸਤਾਰ ਦੇ ਨਾਲ, ਉਹਨਾਂ ਦੇ ਪੂਰੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਇਸ ਪਰਿਵਾਰ ਨੂੰ ਅਗਾਂਹ ਲੈ ਕੇ ਜਾਣ ਵਾਸਤੇ ਸੇਧ ਦਿੱਤੀ, ਸਿੱਖਿਆ ਦਿੱਤੀ, ਬੱਚਿਆਂ ਦੀ ਪਰਵਰਿਸ਼ ਕੀਤੀ, ਪਰਿਵਾਰ ਦੇ ਵਿੱਚ ਅਣਹੋਣੀਆਂ ਹੋਣ ਦੇ ਬਾਵਜੂਦ ਤਾਕਤ ਅਤੇ ਮਜ਼ਬੂਤੀ ਨਾਲ ਪਰਿਵਾਰ ਨੂੰ ਇਸ ਇਲਾਕੇ ਦੇ ਵਿੱਚ ਵੱਡੇ ਰੂਪ ਵਿੱਚ ਸੇਵਾਦਾਰ ਦੇ ਰੂਪ ਵਿੱਚ ਵਿਚਰਨ ਦਾ ਮੌਕਾ ਮਿਲਿਆ। ਜਿਸ ਤਰ੍ਹਾਂ ਉਹਨਾਂ ਦੇ ਘਰੋਂ ਸਰਦਾਰ ਗੁਰਦੇਵ ਸਿੰਘ ਜੀ ਨੂੰ ਬਤੌਰ ਮੁਨਸਿਪਲ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਇਸ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ, ਚਾਹੇ ਉਹਨਾਂ ਦੇ ਪੋਤੇ ਨੂੰ ਅੱਜ ਪੁਲਿਸ ਮਹਿਕਮੇ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲ ਰਿਹਾ, ਭਤੀਜੇ ਨੂੰ ਚਾਹੇ ਇੱਥੇ ਮੁਨਸਿਪਲ ਕਮੇਟੀ ਦਾ ਪ੍ਰਧਾਨ ਬਣ ਕੇ ਸੇਵਾ ਕਰਨ ਦਾ ਮੌਕਾ ਮਿਲਿਆ। ਮੈਂ ਸਮਝਦਾ ਕਿ ਸਾਰੀ ਸੋਚ ਅਤੇ ਸ਼ਖਸੀਅਤ ਉਸ ਮਾਂ ਦੀ ਸੀ ਜਿਨ੍ਹਾਂ ਨੇ ਇਸ ਪਰਿਵਾਰ ਨੂੰ ਆਪਣੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਾਸਤੇ ਹਮੇਸ਼ਾ ਜ਼ੋਰਦਾਰ ਤਰੀਕੇ ਨਾਲ ਤਾਕਤ ਅਤੇ ਹੌਸਲਾ ਬਖਸ਼ਿਆ। ਅੱਜ ਉਹ ਸਾਡੇ ਵਿੱਚ ਸਰੀਰਕ ਰੂਪ ਦੇ ਵਿੱਚ ਨਹੀਂ, ਪਰ ਮੈਂ ਇਹ ਜ਼ਰੂਰ ਸਮਝਦਾ ਇਹ ਵਿਸ਼ਾਲ ਇਕੱਠ ਇਸ ਗੱਲ ਦਾ ਪ੍ਰਤੀਕ ਹੈ ਕਿ ਉਹਨਾਂ ਦੀ ਖੁਸ਼ਬੂ ਅੱਜ ਵੀ ਸਾਡੇ ਇਸ ਇਲਾਕੇ ਵਿੱਚ, ਇਸ ਪੰਜਾਬ ਵਿੱਚ ਕਾਇਮ। ਮੈਂ ਜਿੱਥੇ ਆਪਣੇ ਵੱਲੋਂ, ਆਪਣੀ ਪਾਰਟੀ ਵੱਲੋਂ ਇਸ ਪਰਿਵਾਰ ਨਾਲ, ਮੇਰਾ ਵੀ ਬੜਾ ਲੰਬੇ ਸਮੇਂ ਤੋਂ ਇੱਕ ਪਰਿਵਾਰਿਕ ਸੰਬੰਧ ਹੈ, ਜਿੱਥੇ ਮੈਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ, ਉੱਥੇ ਪਰਮ ਪਿਤਾ ਪਰਮਾਤਮਾ ਦੇ ਚਰਨਾਂ 'ਚ ਇਹੀ ਅਰਦਾਸ ਕਰਦਾ ਕਿ ਇਸ ਪਰਿਵਾਰ ਨੂੰ ਇਸ ਇਲਾਕੇ ਦੇ ਵਿੱਚ ਸਮਾਜ ਦੀ ਸੇਵਾ ਕਰਨ ਦਾ ਬਲ ਬਖਸ਼ਣਾ, ਸ਼ਕਤੀ ਬਖਸ਼ਣਾ, ਔਰ ਜੋ ਮਾਤਾ ਜੀ ਦੀ ਸੋਚ ਸੀ ਉਸ ਨੂੰ ਪੂਰਾ ਕਰਨ ਵਾਸਤੇ ਤਾਕਤ ਬਖਸ਼ਣਾ, ਔਰ ਜੋ ਉਹਨਾਂ ਦਾ ਸੁਪਨਾ ਅਧੂਰਾ ਰਿਹਾ ਆਪਾਂ ਸਾਰੇ ਦੋਸਤ ਮਿੱਤਰ ਸਖੇ ਸੰਬੰਧੀ ਮਿਲ ਕੇ ਉਸ ਨੂੰ ਪੂਰਾ ਕਰੀਏ, ਇਹੀ ਸਾਡੇ ਸਾਰਿਆਂ ਵੱਲੋਂ ਉਹਨਾਂ ਨੂੰ ਇੱਕ
सच्ची ते सुची श्रद्धांजलि होगी। सो मैं ज़्यादा कुछ ना कहता हुआ, बहुत सारी संगत आई है, बड़े सीनियर आगू साहबान भी बैठे हैं, उन्हों वालों भी श्रद्धा के फुल पेट करता हुआ अपना स्थान लेना। श्री वाहेगुरु जी का खालसा, श्री वाहेगुरु जी का दस्या है। और सिंगला साहब ने भी परिवार के नाल दुख साझा किया। कुछ प्रमुख शिक्षकों के मैं नाम बोलूँगा, सरदार रजिंदर सिंह जी राजा जिला प्रधान कांग्रेस पार्टी संगरूर, अमरदीप सिंह जी राय आई जी साहब पटियाला, सरदार रजिंदर सिंह जी घुमन डी आई जी रिटायर्ड फगूवाला, सरदार इकबाल सिंह जी IAS, जगतप्रीत सिंह जी IPS, सुखप्रीत सिंह जी PPS के मैंबर ने, सरदार बुद्ध सिंह जी भट्ट सिंह वाला। सो जितों तक परिवार का सवाल है, परिवार बहुत ही गुरु चरणों के नाल श्रद्धा रखने वाला परिवार, और अखीर मैं परिवार को यही बेनती करांगा कि संघ सिखा तज गए सब तज गए को उन्होंने भी वो साथ कहो नानके विपत मैं टेक एक रघुनाथ, उस परमात्मा का ही आसरा लेना। तुम जिम्मे पहला परमात्मा की टेक रखी है, और सारिया संगतों को बेनती है गुरु की देगा प्राप्त कर तो बाद जिहड़ियां संगतां ने गुरु का लंगर नहीं छकिया वो कृपा करके गुरु का लंगर छक के जाने की कृपालता कर, और ज़्यादा पहला जरूर छक के जान। अखीर दे विच सारिया आई संगतों का परिवार वालों कुट कुट धन्यवाद जी, जिन्होंने अंतम अरदास दे विच शामिल होकर माता जी को श्रद्धा के फुल भेट किए ने। वाहेगुरू जी का खालसा, वाहेगुरू जी की फतेह। सर जी एक मिनट, सर जी बोलो।